ਨਹੀਂ ਔਫਰਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਜੀ, ਪਰ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ। ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ, ਅਸੀਂ ਰੂਹਾਂ ਵੱਖਰੀਆਂ ਭਰਾ ਹਾਂ ਜੀ, ਇੱਕ ਜਾਂ ਸਾਰੇ ਜਾਣੇ, ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ, ਜਿਵੇਂ ਮਨ 'ਚ ਮੇਰੇ ਖਾਦਸੇ ਆਉਂਦੇ ਰਹਿੰਦੇ, ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ, ਜਦੋਂ ਕੋਈ ਇੱਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ, ਹੈ ਨਾ, ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ। ਹਾਂਜੀ, ਪ੍ਰਚਾਰ ਮੇਰੇ, ਮੈਂ ਨਿੱਜੀ ਤੌਰ 'ਤੇ ਜਾਊਂਗਾ ਜੀ, ਮੇਰਾ ਭਰਾ ਆਇਆ ਹੋਇਆ, ਜਦੋਂ ਮੈਂ ਭਰਾ ਕਹਿੰਦਾ ਭਰਾ ਦੇ ਪਿੱਛੇ ਤਾਂ ਕੁਛ ਵੀ ਹੋਵੇ, ਪਾਰਟੀ ਕੋਈ ਮੈਟਰ ਨਹੀਂ ਕਰਦੀ, ਮੈਂ ਭਰਾ ਦੇ ਪਿੱਛੇ 100% ਜਾਊਂਗਾ। ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ, ਆਪਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ। ਜੇ ਪੰਜਾਬ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊ, ਤੁਹਾਡੇ ਗਲੀ ਮੁਹੱਲੇ ਦਾ ਸੁਧਾਰ ਹੋਊਗਾ, ਗਲੀ ਮੁਹੱਲੇ ਦਾ ਸੁਧਾਰ ਹੋਊ, ਤੁਹਾਡੇ ਘਰ ਦਾ ਸੁਧਾਰ ਹੋਊਗਾ। ਚੋਣਾਂ ਨੂੰ ਲੈ ਕੇ ਤੁਸੀਂ ਚੜ੍ਹਦੀ ਵਾਹਗਾ ਬਾਰਡਰ ਜਾ ਰਹੇ ਹੋ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਬਿਲਕੁਲ, ਲੋਕਾਂ ਦੀ ਪ੍ਰਾਇੋਰਟੀ ਰਹੇਗੀ। ਦੇਖੋ, ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ, ਉਹ ਕਦੇ ਵੀ ਨਹੀਂ ਖੋਣਾ ਚਾਹੀਦਾ। ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਹਾਂ ਵੀ ਸਾਡੇ, ਮੈਨੂੰ ਲੱਗਦਾ ਆਹ ਸਰਕਾਰ ਨੇ ਆਹ ਨਹੀਂ ਕੀਤਾ, ਫਲਾਣੀ ਸਰਕਾਰ ਨੇ ਆਹ ਨਹੀਂ ਕੀਤਾ, ਅਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਹਾਂ। ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ। ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ, ਸਾਡੇ ਸਮਾਜ ਨੂੰ ਸੁਧਾਰ ਸਕਦਾ, ਸਾਡੇ ਸਮਾਜ 'ਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ, ਸਾਨੂੰ ਉਹ ਬੰਦਾ ਚੁਣ ਸਕਦੇ, ਉਹ ਬੰਦਾ ਚੁਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਵੋਟ ਦੇ ਅਧਿਕਾਰ ਦਾ ਪਤਾ ਹੋਊਗਾ। ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਜਿੰਨੇ ਵੀ ਤੁਹਾਡੇ ਮੀਡੀਆ ਥਰੂ ਮੈਨੂੰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ, ਆਪਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ। ਜੇ ਪੰਜਾਬ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊ, ਤੁਹਾਡੇ ਗਲੀ ਮੁਹੱਲੇ ਦਾ ਸੁਧਾਰ ਹੋਊਗਾ, ਗਲੀ ਮੁਹੱਲੇ ਦਾ ਸੁਧਾਰ ਹੋਊ, ਤੁਹਾਡੇ ਘਰ ਦਾ ਸੁਧਾਰ ਹੋਊਗਾ। ਮੇਰੀ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ, ਕਿੰਨੀ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਜਿਹੜੇ ਤੁਹਾਡੇ ਸਹਿਯੋਗੀ ਜਿਹੜੇ ਕਲਾਕਾਰ ਸੀ ਜੀ, ਉਹ ਵੀ ਜੀ ਕੋਰਟ ਤੋਂ ਖੜੇ, ਤੁਸੀਂ ਕਰਮਜੀਤ ਅਨਮੋਲ ਸਾਹਿਬ ਦੀ ਗੱਲ ਕਰ ਰਹੇ ਹੋ? ਹਾਂਜੀ ਜੀ ਜੀ ਜੀ, ਬੜੀ ਵਧੀਆ ਗੱਲ ਹੈ ਜੀ। ਕੋਈ ਆਫਰ ਆਈ ਗਈਆਂ ਜੀ? ਨਹੀਂ, ਆਫਰਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਜੀ, ਪਰ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ। ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ, ਅਸੀਂ ਰੂਹਾਂ ਵੱਖਰੀਆਂ ਭਰਾ ਹਾਂ ਜੀ, ਇੱਕ ਜਾਂ ਸਾਰੇ ਜਾਣੇ, ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ, ਜਿਵੇਂ ਮਨ 'ਚ ਮੇਰੇ ਖਾਦਸੇ ਆਉਂਦੇ ਰਹਿੰਦੇ, ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ, ਜਦੋਂ ਕੋਈ ਇੱਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ, ਹੈ ਨਾ, ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ। ਹਾਂਜੀ, ਪ੍ਰਚਾਰ ਮੇਰੇ, ਮੈਂ ਨਿੱਜੀ ਤੌਰ 'ਤੇ ਜਾਊਂਗਾ ਜੀ, ਮੇਰਾ ਭਰਾ ਆਇਆ ਹੋਇਆ, ਜਦ ਮੈਂ ਭਰਾ ਕਹਿੰਦਾ ਭਰਾ ਦੇ ਪਿੱਛੇ ਤਾਂ ਕੁਛ ਵੀ ਹੋਵੇ, ਪਾਰਟੀ ਕੋਈ ਮੈਟਰ ਨਹੀਂ ਕਰਦੀ, ਮੈਂ ਭਰਾ ਦੇ ਪਿੱਛੇ 100% ਜਾਊਂਗਾ। ਨਹੀਂ, ਆਫਰਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਜੀ, ਪਰ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ। ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ, ਅਸੀਂ ਰੂਹਾਂ ਵੱਖਰੀਆਂ ਭਰਾ ਹਾਂ ਜੀ, ਇੱਕ ਜਾਂ ਸਾਰੇ ਜਾਣੇ, ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ, ਜਿਵੇਂ ਮਨ 'ਚ ਮੇਰੇ ਖਾਦਸੇ ਆਉਂਦੇ ਰਹਿੰਦੇ, ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ, ਜਦੋਂ ਕੋਈ ਇੱਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ, ਹੈ ਨਾ, ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ। ਹਾਂਜੀ, ਪ੍ਰਚਾਰ ਮੇਰੇ, ਮੈਂ ਨਿੱਜੀ ਤੌਰ 'ਤੇ ਜਾਊਂਗਾ ਜੀ, ਮੇਰਾ ਭਰਾ ਆਇਆ ਹੋਇਆ, ਜਦ ਮੈਂ ਭਰਾ ਕਹਿੰਦਾ ਭਰਾ ਦੇ ਪਿੱਛੇ ਤਾਂ ਕੁਛ ਵੀ ਹੋਵੇ, ਪਾਰਟੀ ਕੋਈ ਮੈਟਰ ਨਹੀਂ ਕਰਦੀ, ਮੈਂ ਭਰਾ ਦੇ ਪਿੱਛੇ 100% ਜਾਊਂਗਾ। ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ, ਆਪਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ। ਜੇ ਪੰਜਾਬ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊ, ਤੁਹਾਡੇ ਗਲੀ ਮੁਹੱਲੇ ਦਾ ਸੁਧਾਰ ਹੋਊਗਾ, ਗਲੀ ਮੁਹੱਲੇ ਦਾ ਸੁਧਾਰ ਹੋਊ, ਤੁਹਾਡੇ ਘਰ ਦਾ ਸੁਧਾਰ ਹੋਊਗਾ। ਚੋਣਾਂ ਨੂੰ ਲੈ ਕੇ ਤੁਸੀਂ ਚੜ੍ਹਦੀ ਵਾਹਗਾ ਬਾਰਡਰ ਜਾ ਰਹੇ ਹੋ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਬਿਲਕੁਲ, ਲੋਕਾਂ ਦੀ ਪ੍ਰਾਇੋਰਟੀ ਰਹੇਗੀ। ਦੇਖੋ, ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ, ਉਹ ਕਦੇ ਵੀ ਨਹੀਂ ਖੋਣਾ ਚਾਹੀਦਾ। ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਹਾਂ ਵੀ ਸਾਡੇ, ਮੈਨੂੰ ਲੱਗਦਾ ਆਹ ਸਰਕਾਰ ਨੇ ਆਹ ਨਹੀਂ ਕੀਤਾ, ਫਲਾਣੀ ਸਰਕਾਰ ਨੇ ਆਹ ਨਹੀਂ ਕੀਤਾ, ਅਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਹਾਂ। ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ। ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ, ਸਾਡੇ ਸਮਾਜ ਨੂੰ ਸੁਧਾਰ ਸਕਦਾ, ਸਾਡੇ ਸਮਾਜ 'ਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ, ਸਾਨੂੰ ਉਹ ਬੰਦਾ ਚੁਣ ਸਕਦੇ, ਉਹ ਬੰਦਾ ਚੁਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਵੋਟ ਦੇ ਅਧਿਕਾਰ ਦਾ ਪਤਾ ਹੋਊਗਾ। ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਜਿੰਨੇ ਵੀ ਤੁਹਾਡੇ ਮੀਡੀਆ ਥਰੂ ਮੈਨੂੰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ, ਆਪਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ। ਜੇ ਪੰਜਾਬ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ, ਤੁਹਾਡੇ ਸ਼ਹਿਰ ਦਾ ਸੁਧਾਰ ਹੋਊ, ਤੁਹਾਡੇ ਗਲੀ ਮੁਹੱਲੇ ਦਾ ਸੁਧਾਰ ਹੋਊਗਾ, ਗਲੀ ਮੁਹੱਲੇ ਦਾ ਸੁਧਾਰ ਹੋਊ, ਤੁਹਾਡੇ ਘਰ ਦਾ ਸੁਧਾਰ ਹੋਊਗਾ। ਮੇਰੀ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ, ਕਿੰਨੀ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਜਿਹੜੇ ਤੁਹਾਡੇ ਸਹਿਯੋਗੀ ਜਿਹੜੇ ਕਲਾਕਾਰ ਸੀ ਜੀ,
ਉਹ ਵੀ ਫਰੀਦਕੋਟ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਅਨਮੋਲ ਸਾਹਿਬ ਦੀ ਗੱਲ ਕਰ ਰਹੇ ਹੋ? ਹਾਂਜੀ ਜੀ 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 ਬੜੀ ਵਧੀਆ ਗੱਲ ਹੈ ਜੀ। ਕੋਈ ਆਫਰ ਆਈ ਕਿ ਨਹੀਂ ਅਜੇ? ਨਹੀਂ ਆਫਰਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਜੀ, ਪਰ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ। ਉਹ ਵੀ ਗਏ, ਮੈਂ ਇੱਕੋ ਹੀ ਗੱਲ ਹੈ ਜੀ, ਅਸੀਂ ਰੂਹਾਂ ਵੱਖਰੀਆਂ ਭਰਾ ਹਾਂ ਜੀ, ਇੱਕ ਜਾਂ ਸਾਰੇ ਜਾਣੇ, ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ, ਜਿਵੇਂ ਮਨ 'ਚ ਮੇਰੇ ਖਾਦਸੇ ਆਉਂਦੇ ਰਹਿੰਦੇ, ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ, ਜਦੋਂ ਕੋਈ ਇੱਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ, ਹੈ ਨਾ, ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ। ਹਾਂਜੀ, ਪ੍ਰਚਾਰ ਮੇਰੇ, ਮੈਂ ਨਿੱਜੀ ਤੌਰ 'ਤੇ ਜਾਊਂਗਾ ਜੀ, ਮੇਰਾ ਭਰਾ ਇਹੋ, ਜਦ ਮੈਂ ਭਰਾ ਕਹਿੰਦਾ, ਭਰਾ ਦੇ ਪਿੱਛੇ ਤਾਂ ਕੁਛ ਵੀ ਹੋਵੇ, ਪਾਰਟੀ ਕੋਈ ਮੈਟਰ ਨਹੀਂ ਕਰਦੀ, ਮੈਂ ਭਰਾ ਦੇ ਪਿੱਛੇ 100% ਜਾਊਂਗਾ।